ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਰਾਮ ਰਾਮ। ਇੱਕ ਖਬਰ ਲੈ ਕੇ ਆਇਆ ਆਪਣੇ ਬੁਲਟ ਵਾਸਤੇ ਲਿਆ ਜੀ ਪ੍ਰੈਸ਼ਰ, ਔਰ ਅਸੀਂ ਲੈਣਾ ਤਾਂ ਜੀ ਲੌਂਗ ਬੋਟਲ ਕਹਿ ਰਹੇ ਹੋ ਗਿਆ ਬੈਨ। ਪੁੱਠੇ ਗੇੜ ਵਾਲਾ ਮਿਲਦਾ ਨਹੀਂ, ਨਵੇਂ ਵਾਲਾ ਜਾਲੀ ਵਾਲਾ ਹੁੰਦਾ, ਉਹਦਾ ਆਪਾਂ ਕਿੱਥਾ ਪਵਾਉਣਾ। ਜਾਲੀ ਵਾਲਾ ਬਿਨਾਂ ਜਾਲੀ ਵਾਲਾ ਮਿਲਦਾ ਹੀ ਨਹੀਂ। ਛੋਟ ਬੋਟਲ ਮਿਲ ਰਿਹਾ ਤਾ ਉਹ ਤਾਂ ਹੈਗਾ ਹੀ, ਆਪਣੇ ਪਾਸ ਦੋ ਪਏ ਆ, ਹੈ ਨਹੀਂ ਲੌਂਗ ਬੋਟਲ ਮਿਲਿਆ ਨਹੀਂ। ਹੁਣ ਤੁਹਾਨੂੰ ਇੱਕ ਸਰਪ੍ਰਾਈਜ਼ ਦਿਖਾਉਂਦੇ ਹਾਂ, ਜਿਹੜਾ ਆਪਣਾ ਬੁਲਟ 'ਤੇ ਲਾਉਣਾ ਹੈ, ਹੁਣ ਉਹਨੂੰ ਅਨਬੋਕਸਿੰਗ ਕਰੂੰਗੇ। ਫਿਰ ਤੁਸੀਂ ਦੱਸਿਓ ਵੀ ਹਰ ਚੀਜ਼ ਵਧੀਆ, ਪਰ ਹੈ ਬੈਨ ਆ ਵੀ ਚੀਜ਼ ਲਗਾਉਣੀ ਬੁਲਟ ਵਾ, ਪਰ ਅਸੀਂ ਤਾਂ ਵੀ ਲਗਾ ਰਹੇ ਹਾਂ, ਦੇਖ ਲਿਓ। ਬਸ ਦੇਖੀ ਚਲੋ ਜੀ, ਵਲੋਗ ਨੂੰ ਪੂਰਾ ਐਂਡ ਤੱਕ ਖਿੱਚ ਕੇ ਰੱਖੋ ਬਸ ਕੰਮ। ਦੇਖ ਸਕਦੇ ਹੋ ਜੀ, ਹੁਣ ਤੁਸੀਂ ਇਹ ਦੇਖ ਸਕਦੇ ਹੋ, ਉਹਨੇ ਪ੍ਰੈਸ਼ਰ ਹੌਰਨ ਪਏ ਆ ਪ੍ਰਿੰਟਰ ਦੇਖ ਲਓ ਜੀ, ਇਹਦਾ ਪਿੱਛੇ ਕੰਪਰੈਸਰ ਹੈ ਜੀ, ਆਹ ਇੱਕ ਆ ਛੋਟੀ ਆ, ਆਹ ਬੜੀ ਬਾਜਾ, ਆਹ ਮੋਟਰ ਹੈ ਇਹਦੀ, ਆਹ ਇੱਕ ਇਹਦੇ। ਹੁਣ ਤੁਹਾਨੂੰ ਪੂਰਾ ਅਨਬੋਕਸਿੰਗ ਕਰਕੇ ਦਿਖਾਉਂਦੇ, ਹੁਣ ਇਹਦਾ ਪੂਰੀ ਅਨਬੋਕਸਿੰਗ ਕਰਕੇ ਦੇਖ ਲਓ, ਦੇਖੂਗੇ ਹੁਣ ਇਗਨੋਰ ਕਰਿਓ ਪਿੱਛੇ ਪੂਰਾ ਗੰਦ ਪਿਆ ਬੈੱਡ ਦਾ, ਕਿਉਂਕਿ ਪੇਪਰ ਚੱਲ ਰਹੇ ਨੇ, ਬਲੌਗ ਤਾਂ ਨਹੀਂ ਆ ਰਹੇ ਤੇ ਜੀ, ਪੇਪਰ ਖਤਮ ਹੋਣੇ ਵਾਲੇ ਆ ਜੀ। ਬਸ ਦੇਖੋ ਇਹਦਾ ਕੰਪਰੈਸ਼ਰ ਹੈ, ਇੱਕ ਤਾਰ ਦੇਖ ਸਕਦੇ ਹੋ, ਬਹੁਤ ਭਾਰੀ ਬਹੁਤ ਹੈ ਜੀ, ਐਂ ਲੱਗਦਾ ਲੋਹੇ ਦਾ ਬਣਿਆ ਵਾ ਡੰਬਲ, ਵੈਸੇ ਸਸਤਾ ਡੰਬਲ। ਦੇਖੋ ਜੀ ਇਹਦੀ ਮੋਟਰ ਹੈ, ਉੱਪਰ ਆਹ ਚਾਰ ਪੈ ਪਤਾ ਨਹੀਂ ਕਿਹਦੇ ਹੈ। ਕੁਆਲਿਟੀ ਦੇਖ ਲਓ ਜੀ ਇਹਦੀ, ਕੁਆਲਿਟੀ ਬਾਬੇ, ਉਹ ਪਤਾ ਨਹੀਂ ਉਰੇ ਕਿਆ ਹੈ। ਦੇਖੋ ਜੀ ਬੜਾ ਵਾ, ਇਹਦੇ ਲੌਕ ਹੈ, ਲੌਕ ਆਹ ਥੱਲੇ, ਆਹ ਦੇਖੋ ਜੀ, ਹੁਣ ਆਪੇ ਨੂੰ ਇਹ ਮੋਟਰ ਨੂੰ ਐਂ ਰੱਖ ਦੂੰਗੇ। ਆਹ ਬੜਾ ਵਾਜਾ, ਆਹ ਜਿਹੜੀ ਆ ਮੇਨ ਚੀਜ਼ ਹੈ ਜੀ, ਜਿਹੜੀ ਮੇਨ ਚੀਜ਼ ਆਪਣੀ ਕੱਢ ਲਈ, ਇਹਦੇ ਬਿਨਾਂ ਆਪਣਾ ਕੁਛ ਵੀ ਨਹੀਂ ਚੱਲਣਾ। ਆਹ ਦੇਖ ਸਕਦੇ ਹੋ ਉਰੇ ਦੋ ਕਨੈਕਸ਼ਨ ਹੈ, ਮਾਈਨਸ ਪਲੱਸ, ਹੁਣੇ ਮੈਂ ਦੇਖ ਲਓ ਜੀ ਮਾਈਨਸ ਪਲੱਸ। ਇਹਨਾਂ ਨੇ ਪੂਰਾ ਫਿਟਿੰਗ ਦਾ ਸਮਾਨ ਦਿਆ ਵਾ, ਫਿਟਿੰਗ ਦਾ ਵੀ ਦਿਆ ਵਾ ਜੀ, ਪਰ ਆਪਾਂ ਫਿਟਿੰਗ ਕਿੱਥੇ ਤੁਸੀਂ ਦੇਖ ਲਓ ਜੀ, ਜੱਟ ਜਗਾੜੀ ਹੁੰਦੇ ਨੇ, ਸੀਟ ਥੱਲੀ ਲਾ ਦੇਣੇ ਆਪਾਂ, ਫਿਰ ਬਾਅਦ ਤੁਸੀਂ ਚੈੱਕ ਕਰ ਲਿਓ ਜੀ ਆਵਾਜ਼। ਬੜੀ ਵੀ ਬਣੀ ਇੰਨੀ ਜੀ, ਆਹ ਸਭ ਤੇ ਲੈ ਮੈਂ ਪੈਪ ਮਾਰ ਕੇ ਦਿਖਾਉਂਦਾ, ਸਭ ਤੇ ਛੋਟਾ ਆਹ ਉਹ ਤੇ ਛੋਟਾ, ਦੇਖ ਲਓ ਜੀ ਆਹ ਇਹਦੀ ਮੋਟਰ ਹੈ, ਆਹ ਇਹਦੀ ਮੋਟਰ ਹੈ ਗੈਲ, ਆਹ ਇਹਦਾ ਉਹ ਹੈ, ਆਹ ਇਹਦੀ ਫਿਟਿੰਗ ਸਮਾਨ ਹੈ, ਆਹ ਪਾਈਪ ਵਾਲਾ। ਹੁਣ ਮੈਂ ਤੁਹਾਨੂੰ ਇੱਕ ਜ਼ੋਰ ਲਗਾ ਕੇ ਵਜਾ ਕੇ ਦੇਖਦਾ ਜੀ, ਇੱਥੇ ਜ਼ੋਰ ਨਹੀਂ ਲੱਗ ਰਿਹਾ, ਲੈ ਫੜ। ਹੁਣ ਤੁਹਾਨੂੰ ਯੂਟਿਊਬ ਪਰ ਸਿੱਖ ਕੇ ਵੀ ਕਿਸ ਤਰ੍ਹਾਂ ਫਿਟਿੰਗ ਹੋਊਗੀ, ਵਾਇਰਿੰਗ ਵੂਇਰਿੰਗ, ਫਿਰ ਤੁਹਾਨੂੰ ਮਿਲਦੇ ਆ ਜੀ ਥੋੜ੍ਹੀ ਦੇਰ ਬਾਅਦ। ਵਾ ਦੇਖ ਸਕਦੇ ਹੋ ਜੀ ਵਾਇਰਿੰਗ ਦਾ ਕੰਮ ਸ਼ੁਰੂ ਹੋ ਗਿਆ, ਅਰਥ ਉਰਥ ਨੂੰ ਵੀ ਦੇਣੀ ਹੈ ਜੀ, ਹੁਣ ਪਤਾ ਲੱਗ ਗਿਆ ਕਿੰਨੀ। ਦੇਖ ਸਕਦੇ ਚਾਹ ਪੀ ਕੇ ਕੰਮ ਲੱਗਿਆ, ਦੇਖੋ ਜੀ ਛੋਟੀ ਵੀ ਬਣੀ। ਪਾਪਾ ਜੀ ਤਾਂ ਇੱਕ ਵਾਰੀ ਪੁੱਛ ਲੈਂਦੇ ਆਹ ਹੋਰਨ ਲਗਾਉਣੇ ਚਾਹੀਦੇ ਕਿ ਨਹੀਂ, ਦੱਸੋ ਜੀ ਪਾਪਾ ਜੀ ਆਹ ਹੋਰਨ ਲਗਾਉਣੇ ਚਾਹੀਦੇ ਕਿ ਨਹੀਂ, ਦੱਸੋ ਪਾਪਾ ਜੀ, ਆਪਾਂ ਕਹਿੰਦੇ ਬਾਅਦ ਮੈਂ ਦੱਸੂਗੇ। ਇੰਨੇ ਆਹ ਹੱਸ ਰਿਹਾ ਗੱਲਾਂ ਕਰ ਰਹੇ, ਦੇਖੋ ਜੀ ਉਰੇ ਆਹ ਪੈਪ, ਪਤਾ ਨਹੀਂ ਇਹਨੂੰ ਪਤਾ ਕਿਹੜੇ ਹਿਸਾਬ ਨਾਲ ਉਰੇ ਪੈਪ ਲੱਗੂਗਾ, ਇੱਕ ਗਿਆ ਵਾ ਤਿੰਨ ਦਾ ਪਾਲਾ ਕਿੱਥੇ ਗਿਆ, ਇਹਦੇ ਕੋਲ ਆਈ ਬਸ ਆ ਰਿਹਾ ਬਸ ਜੀ, ਆਹ ਪੁਰਾਣੀ ਹੋਰਨ ਦੀ ਤਾਰ ਵੀ ਦੀ ਉਹ ਚੱਕ ਕੇ ਆਪਾਂ ਇਹਦੇ ਵਿੱਚ ਕੰਮ ਵਾਸਤੇ ਲਾ ਲਈ, ਹੁਣ ਇੱਕ ਕਹਿ ਰਿਹਾ ਤਾਰਾਂ ਲੱਗੂਗੀਆਂ। ਚਲੋ ਜੀ ਹੁਣ ਦੇਖਦੇ ਕਿਸ ਤਰ੍ਹਾਂ ਕਰਦਾ ਅੱਗੇ, ਦੇਖੀ ਚਲੋ ਹੁਣ ਮਰੋੜ ਕੇ ਨਾ ਇੱਕ ਵਾਰੀ ਲਗਾ ਕੇ ਦੇਖਦੇ ਇਹਦੇ ਵਿੱਚ, ਫਿਰ ਤੁਹਾਨੂੰ ਮਿਲਦੇ ਹਾਂ ਜੀ। ਚੱਕਦੇ ਪੱਟੇ ਫਿੱਟ ਫੁੱਟ ਤਾਂ ਹੋ ਗਏ, ਹਨੇਰਾ ਬਹੁਤ ਹੋ ਗਿਆ, ਤਾਂ ਕੱਲ੍ਹ ਨੂੰ ਫਿੱਟ ਕਰੂੰਗੇ, ਉਹਦਾ ਪੇਪਰ ਵੀ ਹੈ ਜੀ, ਫਿਰ ਪੇਪਰ ਵੀ ਦੇਣੀ ਹੈ ਨਾ, ਜਦੋਂ ਪੇਪਰ ਦੇ ਕੇ ਆ ਕੇ ਜਦੀ ਵਲੋਗ ਸਟਾਰਟ ਕਰ ਦੂੰਗੇ, ਜਦੀ ਆਪਾਂ ਹੋਰ ਲਗਾ ਦੂੰਗੇ ਸੀਟ ਹੇਠ ਲੱਗੂੰਗੇ, ਅੱਗੇ ਤੁਸੀਂ ਨੈਕਸਟ ਡੇ ਮਿਲੂੰਗੇ ਜੀ, ਚਲੋ ਮਿਲਦੇ ਅਗਲੇ ਦਿਨ ਜੀ। ਨੈਕਸਟ ਡੇ ਬੱਦਲ ਮੀਂਹ ਪੈ ਗਿਆ ਬਾਈ, ਤੁਹਾਨੂੰ ਦਿਖਾ ਦਿੰਦੇ ਕੱਲ੍ਹ ਦਾ ਜਿਹੜਾ ਕੰਮ ਅੱਗੇ ਆ, ਰਾਤ ਨੂੰ ਕਰ ਰਹੇ ਤੇ ਉਹ ਰਾਤ ਰੁਕ ਗਿਆ ਤਾ ਜੀ, ਪੈਪ ਰਹਿ ਗਏ ਤੇ ਛੋਟੇ ਪ੍ਰੈਸ਼ਰ ਆਉਣ ਦੇ, ਆ ਕੇ ਉਹ ਸਕੂਲ ਗਿਆ ਵਾ, ਤੁਹਾਨੂੰ ਪਿੱਛੇ ਉਹ ਦਿਖਾ ਦੇਣਾ ਗੰਦ। ਦੇਖ ਸਕਦੇ ਹੋ ਜੀ ਆਪਾਂ ਡਿਸਕਵਰ ਗੈਲ ਚਲਾ ਕੇ ਦੇਖੀ ਦੀ, ਪਰ ਚੱਲ ਪਏ ਹੋਰਨ ਝੋਟੇ ਵੱਜ, ਸੀਟ ਖੋਲ੍ਹ ਕੇ ਲਾ ਦੇਣੇ, ਪੈਪ ਲੈ ਕੇ ਆਉਣੀ ਪਊਗੀ ਇੱਕ ਵਾਈਟ ਕਲਰ ਦੀ। ਮੌਸਮ ਮੀਂਹ ਵਾਲਾ ਦੇਖ ਲਓ ਜੀ, ਉਹ ਗਿਆ ਵਾ ਜੀ ਸਕੂਲ ਪੇਪਰ ਦੇਣ, ਕੱਲ੍ਹ ਮੇਰਾ ਪੇਪਰ ਹੀ ਹੈ, ਇੱਕ ਦਿਨ ਛੱਡ ਕੇ ਇੱਕ ਦਿਨ ਪੇਪਰ ਹੁੰਦਾ, ਤਾਂ ਹੀ ਤਾਂ ਵਲੋਗ ਨਹੀਂ ਆਉਂਦੇ ਤੇ ਜੀ। ਬਸ ਜੀ ਹੁਣ 27 ਤਰੀਕ ਨੂੰ ਆਪਾਂ ਵਿਹਲੇ ਹੋ ਜਾਣਾ, ਫਿਰ ਵਲੋਗ ਆ ਵਲੋਗ ਚਾੜੇ ਕਰੂੰਗੇ, ਚੋਬਰ ਭੱਜ ਹੋਰਨ ਕਰ ਦੇਣੇ ਉਹਨੂੰ ਆ ਜਾਣ ਦਿਉ, ਕਿਉਂਕਿ ਇਕੱਲੇ 'ਤੇ ਤਾਂ ਹੋਣਾ ਨਹੀਂ ਜੀ ਕੰਮ।
ਕਿਉਂਕਿ ਇਕੱਲੇ ਦੇ ਤਾਂ ਹੋਣਾ ਨਹੀਂ ਜੀ ਕੰਮ, ਤਾਂ ਕਰਕੇ ਵੀ ਵਾਇਰਿੰਗ ਵੂਇਰਿੰਗ ਉਹਨੂੰ ਆਪ ਪਤਾ ਹੈ, ਉਹਨੇ ਕੱਲ੍ਹ ਦੇਖੀ ਤੀ ਵੀਡੀਓ, ਮੈਨੂੰ ਪੈਪਾਂ ਦਾ ਪਤਾ ਪੈਪ ਕਿਹੜੀ ਉਹ ਲੱਗਣੀ, ਉਹਨੂੰ ਉਹਨੂੰ ਮੈਂ ਦੱਸ ਦੂੰਗਾ ਵੀ ਸੀਟ ਹੇਠ ਕਿੱਦਾਂ ਲੱਗਣੀ, ਉਹਨੂੰ ਐਂ ਉਹ ਕਹਿ ਰਿਹਾ ਵੀ ਇੰਜ ਲਗਾਉਣ ਲੱਗੂੰਗੇ, ਮੈਂ ਕਿਹਾ ਸੀਟ ਹੇਠ ਲਾ, ਹੁਣ ਆਪਾਂ ਟਾਈ ਲੋਕ ਲਾ ਕੇ ਹੁਣ ਤੁਹਾਨੂੰ ਅੱਗੇ ਦਿਖਾਉਂਗੇ ਵੀ ਕਿੱਦਾਂ ਲੱਗਦੇ ਹੋਣੇ ਨੇ, ਪਹਿਲਾਂ ਆਪਾਂ ਕੱਖ ਲਿਆਈਏ, ਮੈਂ ਸਾਰੇ ਅੱਗੇ ਉਹਦਾ ਵਲੋਗ ਤੁਸੀਂ ਦੇਖ ਲਿਓ, ਉੱਥੇ ਜਾ ਕੇ ਤੁਹਾਨੂੰ ਮਿਲ ਗਏ, ਮੈਂ ਜਦ ਉਹ ਆ ਜਾਊਗਾ ਫਿਰ ਤੁਹਾਨੂੰ ਉਹਦੇ ਘਰ ਮਿਲਾਉਂਗੇ, ਫਿਰ ਦੇਖ ਲਿਓ ਜੀ, ਚਲੋ ਜੀ ਫਿਰ ਕੱਖ ਲੈ ਕੇ ਆ ਕੇ ਤੁਹਾਨੂੰ ਮਿਲਦੇ ਜੀ। ਦੇਖ ਸਕਦੇ ਹੋ ਆਪਣੀ ਚਰੀ ਕਿੱਦਾਂ ਵਾ, ਮੈਂ ਸਵਾਸਤੀ ਕੱਖ ਵੱਢਣ ਵਾਸਤੇ ਆ ਗਏ ਤੇ ਜੀ, ਇੰਨੀ ਕੁ ਵੱਢਤੀ ਹਲੇ ਰੇਹੜੀ ਪਾਏ ਵੇ, ਤੇ ਫਿਰ ਬਹੁਤ ਔਖਾ ਮੌਸਮ ਦੇਖੋ ਜੀ, ਕੋਈ ਪਤਾ ਨਹੀਂ ਮੀਂਹ ਦਾ ਵੀ ਕਦ ਆ ਜਾਣਾ, ਕਿਣਮ ਕਿਣੀ ਹੋ ਰਹੀ, ਜੇ ਗਿਰ ਗਈ ਕੈਮਰੇ ਫਿਰ ਤਾਂ ਦੇਖ ਲਓਗੇ। ਦੇਖ ਲਓ ਤੋ ਬਾਈ, ਸਾਨੂੰ ਹੁਣ ਅਸੀਂ ਘਰਾਂ ਜਾ ਕੇ ਤੁਹਾਨੂੰ ਮਿਲਦੇ ਹਾਂ, ਕੱਖ ਕੁੱਖ ਵੱਢ ਕੇ ਫਿਰ ਘਰਾਂ ਜਾ ਕੇ ਪ੍ਰੈਸ਼ਰ ਆਉਣ ਵੀ ਸੀਟ ਹੇਠ, ਹਾਂਜੀ ਨਾਲ ਹੀ ਨੂੰ ਕਹਿ ਕੇ ਗਿਆ ਤਾਂ ਉਹ ਲੈ ਕੇ ਆਉਂਗੇ ਆਪਾਂ, ਨਾਲ ਹੀ ਆਪਾਂ ਲੈ ਕੇ ਆਉਂਗੇ ਹਾਰਡਵੇਅਰ ਦੀ ਦੁਕਾਨ 'ਤੇ, ਉਹਦੀ ਹੈ ਉਹ ਕੋਲੇ ਆ ਬਸ, ਆਂਟੀ 'ਤੇ ਲਿਆਉਂਗੇ ਮਿਲ ਜਾਂਦੀ ਫੁੱਟ, ਬਾਂਹ ਕੇ ਏਡੀ ਅੱਡੀ ਕੇ ਚਾਹੀਦੀ ਵੀ ਬਸ ਕੰਮ ਸਰ ਜਾਵੇ ਭਾਅ ਜੀ। ਹੋਰ ਤਾਂ ਕੁਛ ਨਹੀਂ, ਲੌਂਗ ਬੋਟਲ ਸੁਜੈਸਟ ਕਰ ਲਿਆ ਉਹਨੇ ਬੁਲਟ ਵਾਸਤੇ ਆਪਾਂ, ਉਹ ਕਹਿ ਰਹੇ ਬੈਨ ਹੋ ਗਿਆ, ਕੱਲ੍ਹ ਅਸੀਂ ਪੁੱਛਣ ਗਏ ਤੇ ਵੀ ਆਹ ਮੋਡਲਾਂ ਵਾਸਤੇ ਹੁਣ ਲੌਂਗ ਬੋਟਲ ਬੰਦ ਹੋ ਗਿਆ, ਵੈਸੇ ਵੀ ਆਪਾਂ ਪਾਉਣਾ ਹੈਗਾ ਹੀ ਹੈ ਜੀ, ਪਾਉਂਗੇ ਕਿਸੇ ਪਾਪੇ ਆ ਜੀ, ਉਹ ਤਾਂ ਆਪਾਂ ਲੈ ਲੂੰਗੇ ਉਹ ਪੈਸੇ ਦੇ ਕੇ, ਫਿਰ ਆਪਾਂ ਆਪਣੇ ਬੁਲਟਾਂ ਵੀ ਇੰਸਟੋਲ ਕਰ ਦੂੰਗੇ ਨਵੇਂ ਬੁਲਟਾਂ ਵਾਲਾ ਜੀ, ਪਰ ਆਪਾਂ ਇੰਸਟੋਲ ਕਰ ਦੇਣਾ ਬਾਜੀ, ਫਿਰ ਦੇਖਿਓ ਆਵਾਜ਼ ਬੁਲਟ ਦੀ ਹੋਏ ਨਹੀਂ ਨਹੀਂ ਹਜੇ ਪੇਪਰ ਚੱਲ ਰਹੇ ਪੇਪਰਾਂ ਦੇ ਬਾਅਦ, ਚਲੋ ਜੀ ਫਿਰ ਮਿਲਦੇ ਕੱਖ ਕੁੱਖ ਵੱਢ ਕੇ। ਆਪਾਂ ਹੁਣ ਆ ਗਏ ਡਿਸਕਵਰ ਕੋਲ, ਦੇਖ ਸਕਦੇ ਹੋ ਥੱਲੇ ਪ੍ਰੈਸ਼ਰ ਹੋਰਨ ਵਜੇ, ਹੁਣ ਤੁਹਾਨੂੰ ਬਜਾ ਕੇ ਦਿਖਾਉਂਗੇ, ਜਾਂ ਪਹਿਲਾਂ ਕਮੀਜ਼ ਕਮੂਜ਼ ਪਾਇਆ ਕਰਾਂ, ਨਹੀਂ ਗਰਮੀ ਬਹੁਤ ਹੈ ਜੀ, ਲੈਟ ਭੱਜੀ ਹੋਈ ਮੀਂਹ ਪਿਆ, ਪਰ ਮਾੜੀ ਮੋਟਾ ਮੌਸਮ ਤਾਂ ਠੀਕ ਹੈ ਜੀ, ਬੱਦਲ ਵਧੀਆ, ਮੀਂਹ ਹੁਣ ਹਟ ਗਿਆ, ਦਮ ਲੈ ਲਿਆ ਮੀਂਹ ਨੇ, ਕਿੱਦਾਂ ਹਟਿਆ ਵਾ ਘੰਟਾ ਦੋ ਘੰਟੇ ਹੋ ਗਏ ਸਾਡੇ ਨੂੰ, ਹੁਣ ਦੇਖੋ ਜੀ ਵਾਇਰਿੰਗ ਦਾ ਕੰਮ ਚੱਲ ਰਿਹਾ, ਮੈਂ ਤੁਹਾਨੂੰ ਦਿਖਾਉਂਦਾ ਬੈ ਕੈਮਰਾ ਕਰਕੇ, ਡਿਸਕਵਰ ਦਾ ਕੁਝ ਨਹੀਂ ਬਜਾਇਆ, ਝੋਟੇ ਦੀ ਬੈਟਰੀ ਫਿਰ ਤੁਹਾਨੂੰ ਪਤਾ ਹੀ ਹੈ ਝੋਟੇ ਦੀ ਝੋਟੀ ਹੁੰਦੀ ਹੈ ਬੈਟਰੀ, ਬਾਬੇ ਉਹ ਇਹਨੇ ਵੀ ਬਹੁਤ ਔਖਾ ਮਾਰਿਆ, ਗੱਲ ਜਿਹੜੀ ਹੈ ਨਾ ਜਦ ਜਦ ਆਪਾਂ ਬੈਟਰੀ ਤਾਰ ਕਨੈਕਟ ਕਰ ਦਿੰਦੇ ਨਾ ਜੀ ਮਾਈਨਸ ਬਣਾਉਂਦੇ, ਰੇਸ ਦੇ ਕੇ ਪੂਰੀ ਪੜਕ, ਫਿਰ ਕਿਤੇ ਜਾ ਕੇ ਪੋ ਬਹੁਤ ਦੱਬ ਕੇ ਵੱਜਦੀ, ਸੋਰੀ ਗਾਇਸ ਦਿਖਾਉਣਾ ਭੁੱਲ, ਸਟਾਰਟ ਕਰਕੇ ਤਾਂ ਕਿਤੇ ਇੱਕ ਜਾ ਕੇ ਨੇ ਤਾਂ ਪੋ ਮਾਰੀ ਬਹੁਤ ਦੱਬ ਕੇ, ਗਾਇਸ ਕੰਮ ਤਾਂ ਬੁਰਾ ਹਾਲ ਹੋ ਗਿਆ, ਇਹਨੇ ਜਦ ਮੈਨੂੰ ਉਹਦੇ ਗੱਲ ਪੰਪ ਗਏ ਹਵਾ ਵਾਲੇ ਭੰਨ ਗਏ ਚਲਾ ਕੇ ਦਿਖਾਏ, ਸਿਰਾ ਲੱਗ ਗਈ ਸਿਰਾ, ਮੋਟਰ ਮੋਟਰ ਨਾ ਥੋੜ੍ਹਾ ਜ਼ਿਆਦਾ ਬੈਟਰੀ ਮੰਗਦੀ ਹੈ, ਉਹ ਤੇਜ਼ ਘੁਮਾਉਣਾ ਚਾਹੀਦਾ ਸੱਕਰ ਚ ਸਰਕਲ ਨਾ ਚਾ ਕੇ ਪੋ ਮਾਰਦੀ, ਫਿਰ ਹੁਣ ਸੀਟ ਖੁੱਲ੍ਹਣ ਲੱਗਿਆ ਵਾ, ਸੀਟ ਦੇਖੋ ਹੁਣ ਦੇਖੋ ਜੀ ਹੁਣ ਸੀਟ ਖੁੱਲ੍ਹ ਰਹੀ ਆਪਣੀ, ਇਹਨਾਂ ਦਾ ਯਾਰ ਝੰਡ ਨਹੀਂ ਤਾ ਇਹ ਅੰਦਰ ਦੇ ਨਾਟ ਖੁੱਲ੍ਹ ਰਹੇ, ਦੱਸੋ ਗਾਈ ਜ਼ੂਰੇ ਵਧੀਆ ਅੱਗੇ ਤਾਂ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਰੰਗ ਵੀ ਇੱਕ ਉੱਪਰ ਇਹੀ ਜਿਹਾ ਹੋਰਨਾਂ ਦਾ, ਥੱਲੇ ਹੀ ਵਧੀਆ ਰਹੋਗੇ, ਟਾਂਕੇ ਟੂੰਕੇ ਆਪਾਂ ਐਨ ਲਗਾ ਦੂੰਗੇ ਬਾਈ, ਟਾਂਕੇ ਟੂੰਕੇ ਐਨ ਲਵਾਉਣੇ ਪੈਣੇ, ਠੀਕ ਹੈ ਟਾਂਕੇ ਟੂੰਕੇ ਆਪਾਂ ਐਨ ਲਵਾ ਕੇ ਚਲੋ ਜੀ, ਫਿਰ ਅੱਧਾ ਵਲੋਗ ਕਰਦੇ ਆ ਪੂਰੀ ਐਂਡ, ਅਗਲਾ ਵਲੋਗ ਦੇ ਵਿੱਚ ਤੁਹਾਨੂੰ ਪ੍ਰੈਸ਼ਰ ਹੋਣ ਦੀ ਆਵਾਜ਼ ਸੁਣਾਉਂਗੇ, ਚਲੋ ਫਿਟਿੰਗ ਤੱਕ ਤੁਹਾਨੂੰ ਦਿਖਾ ਦਿੰਦੇ ਹਾਂ ਫਿਟਿੰਗ ਕਾ ਸੀਟ ਸੂਟ ਖੋਲ੍ਹ ਕੇ, ਫਿਰ ਅਗਲੇ ਵਲੋਗ ਦੇ ਵਿੱਚ ਤੁਹਾਨੂੰ ਫਿਟਿੰਗ ਦਿਖਾਉਂਗੇ ਪ੍ਰੈਸ਼ਰ ਹੋਰ ਨਾਲ, ਠੀਕ ਹੈ ਠੀਕ ਹੈ ਬਾਈ, ਅਗਲੇ ਇੰਨੇ ਤੁਹਾਨੂੰ ਸੀਟ ਸੂਟ ਖੋਲ੍ਹ ਕੇ ਦਿਖਾ ਦਿੰਦੇ ਹਾਂ ਜੀ, ਦੇਖੋਗੇ ਵਲੋਗ ਕਿਉਂਕਿ ਬਹੁਤ ਲੰਬਾ ਹੋ ਗਿਆ ਜੀ, ਤਾਂ ਇਸ ਕਰਕੇ ਆਪਾਂ ਅਗਲਾ ਵਲੋਗ ਸਟਾਰਟ ਕਰ ਦੇਣਾ ਐਂਡ ਕਰਕੇ, ਵੀ ਹੁਣ ਆਪਾਂ ਪ੍ਰੈਸ਼ਰ ਹੋਣ ਲਗਵਾ ਦੇਣੇ ਲਗਵਾ ਕੇ, ਦੱਸੋ ਜੀ ਫਿਰ ਸੁਜੈਸਟ ਕਰੋ ਲੌਂਗ ਬੋਟਲ ਪਵਾ ਦਈਏ, ਵੈਸੇ ਤਾਂ ਜੀ ਤਾਂ ਪੂਰਾ ਪਵਾ ਦੂੰਗੇ ਲੌਂਗ ਬੋਟਲ, ਕੋਈ ਚੱਕਰ ਹੀ ਨਹੀਂ, ਇੱਕ ਨਾਟ ਖੁੱਲ੍ਹ ਗਿਆ ਪੂਰੇ ਨੂੰ ਬਹੁਜੂਗਾ, ਇਹਨਾਂ ਦਾ ਮੂੰਹ ਕਿੱਧਰ ਨੂੰ ਇੱਧਰ ਮੇਰੇ ਵਾਲੇ ਸਾਈਡ ਬਹੁਜੂਗਾ, ਤੀ ਜਦੀਆਂ ਨਿਕਲ ਜਾਣੇ ਤੇ ਪੱਕ ਜਦੇ ਕੱਢਾਂ।
आवाज़ सुनना चाहते हो? चलो छोड़ो की गाना नहीं है। पेपा दे बिना गाइस काम औखा है ना भाई। ਮੈਂ ਤਾਂ ਬਾਈ ਨੂੰ ਐਂ ਕਰਦਾ ਮੈਨੂੰ ਇੱਦਾਂ ਕੱਟ ਦੇ ਉਹ ਬਾਈ ਇੱਦਾਂ ਨੂੰ ਲੱਗਣਾ ਨਾ ਉਹ ਫਿਰ ਉਰੇ ਨੂੰ ਘੁਮਾ ਲੈ ਬਾਈ ਪਾਰਟ ਨਹੀਂ ਪਊਗਾ ਹਾਂ ਬਸ ਗਾਈਸ ਹੋ ਗਿਆ ਕੰਮ ਵਧੀਆ ਪੂਰਾ ਚਲਾ ਕੇ ਤੁਹਾਨੂੰ ਸੁਣਾ ਆਪਾਂ ਮੇਰੇ ਖਿਆਲ ਆ ਕੇ ਆ ਲੱਗੇ ਨੇ ਸੀੜ ਦੇ ਥੱਲੇ ਆ ਭਾਈ ਸਾਹਿਬ ਕਹਿ ਰਹੇ ਕਿ ਰੰਗ ਨਹੀਂ ਜਾ ਕੀ ਬੇਕਾਰ ਲੱਗਣੇ ਆ ਜੇ ਗਾਇਸ ਬਲੈਕ ਕਲਰ ਹੁੰਦੇ ਨਾ ਕੋਈ ਚੱਕਰ ਨਹੀਂ ਤਾਂ ਅਸੀਂ ਨਾ ਅਈਓ ਬੋਲਦਾ ਕਿ ਸਿਰ ਦੇ ਥੱਲੇ ਲੱਗ ਜੂਗੇ ਐਵੇਂ ਲੱਗ ਦੂਗੇ ਭਾਈ ਸਾਹਿਬ ਨੇ ਇੱਕ ਗੱਲ ਰੋੜੀ ਵੀ ਫਿਰ ਸਿਰ ਦੇ ਥੱਲੇ ਲਾਣੀ ਉਹਨਾਂ ਨੇ ਦੇਖੋ ਜੀ ਹੁਣ ਸਿਰ ਥੱਲੇ ਗਾਇਸ ਵਧੀਆ ਲੱਗਦੇ ਨਾ ਕਿਸੇ ਪੁਲਿਸ ਵਾਲੇ ਨੂੰ ਦਿਖਿਆ ਜੀ ਚਲਾਨ ਚਲਾਨ ਤੇ ਬਚ ਜੰਨੇ ਪਿੱਛੇ ਸੈੱਟ ਕਰ ਆਪਣੀ ਵਾਲੀ ਜਗ੍ਹਾ ਗਾਇਸ ਫਸ ਗਏ ਲੌਕ ਲੈ ਤੂੰ ਬੈਠ ਕੇ ਦਿੰਦਾ देखो बैठ के एक और बैठ मजबूती कि तुम एवं बैठूगा बंदा टूट जूगा टूटने देनी बाद दिखूंगे तो उरे ते दिखूंगे दूर ते भी नहीं दिखने दे बस पैर दिखूंगे आप पैर बदस क्या इधर ते भी नहीं हटी पर लत चक्की 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 लत इधर ते दिख रहा और ना नट नुट कर सीटा दे नाले जेडे पैप है ना इन्होंने चंगी तरह करने के दिखने नहीं चाहिए या काली टेप करूंगे कुछ करूंगे इधर हिल भी देख दे बस ठीक है मोटर जुगाड़ पूरे देख दे फीडिंग फूडिंग करती थी हजे बस वायरिंग वूरिंग रह गई ट्यूशन ते बहुत लेट आए साजरे उठ गए जी 5:30 उठ गए ना तो अगे 6:30 बस स्कूल ते आके 3:30 तक ट्यूशन या 4 बजे ट्यूशन जाके जी फिर 6:30 तक आके ट्यूशन ते फिर जी रेस्ट होनी तो व्लॉग नहीं आते थे पेपर भी चल रहे उपर जी हजे देखो भी जी पढ़ ही रहे थे हजे तो इन्हों का कल पेपर तो अच तो मेरा था जी मैं इन्होंने दस देना व्लॉग मा जी मैं अज मेरा पेपर तो कल भीर जी का बस जी हूँ 26 या 27 तक खत्म हो जाने पेपर फिर थोड़ा पूरे लगातार व्लॉग्स आऊँगे वधिया होंगे एंड पूरे वधिया बंब व्लॉग्स आऊँगे तो छेती छेती हूँ अपने 802 हो गए मेरे ख्याल छेती छेती 1000 कर दो नाले इंस्टाग्राम पर भी फॉलो कर लो अपन जे रील्स दिखनी @sing_vlogs आह साड़ी आईडी है जी थोड़ा लिंक इन डिस्क्रिप्शन में पा दूंगे तुम देख सकते हो जाके छेती छेती 1000 करा दो नाले 800 हो गए बस 200 रह गए बस छेती छेती 200 क्या होंगे जी छेती छेती कर दो बस 1000 बस जी फिर ਤੁਹਾਨੂੰ ਹੋਰ ਵਧੀਆ ਵਲੋਗ ਜਾਏ ਕਰੂੰਗੇ ਫਿਰ ਪਾਪਾ ਜੀ ਕਹਿ ਰਹੇ ਕਿ ਚੱਲ ਕੈਮਰਾ ਵੀ ਲੈ ਲੂੰਗੇ 1000 ਰੁਪਾ ਫਿਰ ਤੁਹਾਨੂੰ ਹੋਰ HD ਵਲੋਗ ਜਾਏ ਕਰੂੰਗੇ ਚਲੋ ਬਸ ਅੱਜ ਦਾ ਵਲੋਗ ਨਹੀਂ ਥੈਂਕ ਯੂ ਫੋਰ ਵਾਚਿੰਗ 1000 ਸਿੱਧੀ ਕਰਾ ਦਿਓ ਜੀ ਕੈਮਰੇ ਵਾਲੀ ਵੀਡੀਓ ਦੇਖਣੀ ਆ ਥੈਂਕ ਯੂ ਫੋਰ ਵਾਚਿੰਗ ਬਾਏ